ਤੁਸੀਂ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ? ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੇਖਾਂ ਦਾ ਮਕਸਦ ਕੀ ਸੀ ਤੇ ਪਰਸ ਦੇ ਅੰਦਰ ਕਿਹੜੀਆਂ ਚੀਜ਼ਾਂ ਵਾ ਇਹਨਾਂ ਨੂੰ ਸਰਪ੍ਰਾਈਜ਼ ਦੇਣਾ? ਕਿੰਨੇ ਮਹੱਲੇ ਹੋਣੇ ਵਸੇ ਤੁਹਾਡਾ ਖਿਆਲ ਜਗ੍ਹਾ? ਇੱਥੇ ਫੈਮਲੀਆਂ ਰਹਿ ਕਿੰਨੀਆਂ ਰਹੀਆਂ? ਇੱਥੇ ਫੈਮਲੀਆਂ ਲਾਲਾ ਸਾਹਿਬ ਵੀ ਪੰਜ ਅੱਲਾ ਦੀ ਜ਼ਾਤ ਉਹ ਆ ਜਿਹਨੇ ਅਸਮਾਨਾਂ ਨੂੰ ਬਗੈਰ ਸਤੂਨਾਂ ਤੋਂ ਖੜਾ ਕੀਤਾ ਹੋਇਆ ਵਾ। ਚਾਚਾ ਜੀ ਕੈਂਚੀ ਜੀ ਅੱਲਾ ਨੇ ਕੈਂਚੀ ਭੇਜਤੀ ਹੈ। ਦੇਖੋ ਅੱਲਾ ਪਾਕ ਦੀ ਸ਼ਾਨ ਆ ਕਿ ਅੱਲਾ ਸੋਹਣੇ ਨੇ ਸਮਾਨ ਵੀ ਫਿਰ ਪੂਰਾ ਹੀ ਭੇਜਿਆ। ਅਲਹਮਦੁਲਿਲਾ ਮੈਂ ਤਾਂ ਹੀ ਪਰਸ ਪਾਇਆ ਹੋਇਆ। ਬਿਸਮਿਲਾਹਿ ਰਹਿਮਾਨ ਰਹੀਮ। ਮੁਬੀਨ ਭਾਈ ਯਕੀਨਨ ਆਪਾਂ ਜਿਸ ਘਰ ਦੇ ਅੰਦਰ ਅੱਜ ਪਹੁੰਚ ਰਹੇ ਹਾਂ ਜੀ ਜੀ, ਘਰ ਦੀ ਮੁਖਤਸਰ ਹਿਸਟਰੀ ਇਹ ਆ ਕਿ ਇੱਕ ਐਸੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਬਾਲ ਕਠੜ ਰਾਜਾ ਜੀ ਜੀ, ਰਾਜਾ ਜੀ ਨੇ ਜਿਹੜੇ ਕਿ ਬੜੀ ਬੜੀ ਦੂਰ ਬੜਾ ਬੜਾ ਸਫ਼ਰ ਕਰਕੇ ਨਾ ਆਪਣਾ ਮੰਜ਼ਿਲ ਤੈਅ ਕਰਕੇ ਸਿਰਫ ਇੱਕ ਇੱਦਾਂ ਦਾ ਪਰਸ ਪਾ ਕੇ ਯਕੀਨਨ ਅੱਜ ਮੈਂ ਤਾਂ ਹੀ ਪਰਸ ਪਾ ਕੇ ਨਵਾਂ ਲਿਆਂਦਾ ਤੇ ਤੁਸੀਂ ਉਹ ਜਿਹੜਾ ਪਰਸ ਸ਼ਹਿਰ ਦੇਖਿਆ ਸੀ ਹੈ ਕਿੰਨਾ ਪੁਰਾਣਾ ਸਮਾਨ। ਤੇ ਇਸ ਰਾਜਾ ਜੀ ਸਾਡੇ ਤੁਸੀਂ ਕਹਿੰਦੇ ਸਪੈਸ਼ਲ ਬੰਦੇ ਆ, ਇਹਨਾਂ ਨੂੰ ਸਾਡੇ ਇਲਾਕੇ ਦੇ ਅੰਦਰ ਹਰ ਬੰਦਾ ਜਾਣਦਾ ਜਾਣਦਾ ਵਾ ਜੀ। ਕਾਲੋ ਨਾਈ ਦੇ ਨਾਮ ਤੋਂ ਇਹ ਬੜੇ ਮਸ਼ਹੂਰ ਰਾਜਾ ਜੀ ਆ। ਅਸਲਾਮ ਅਲੈਕੁਮ, ਹੋਰ ਸੁਣਾਓ ਜੀ ਠੀਕ ਹੋ? ਅਸਲਾਮ ਅਲੈਕੁਮ, ਹੋਰ ਸੁਣਾਓ ਚਾਚਾ ਜੀ ਠੀਕ ਠਾਕ? ਅਲਹਮਦੁਲਿਲਾ ਅਲਹਮਦੁਲਿਲਾ। ਤੁਸੀਂ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਆ ਜਿਹੜਾ ਪਰਸ ਪਾ ਕੇ ਸ਼ਹਿਰ ਤੋਂ ਸ਼ਹਿਰ? 30-35 ਸਾਲ ਹੋ ਗਏ। ਤੇ ਉਹ ਜਿਹੜਾ ਥੋੜਾ ਇਹ ਪਰਸ ਆ ਇਹ ਕਿੰਨੇ ਸਾਲਾਂ ਦਾ ਤੁਹਾਡੇ ਕੋਲ ਆ? ਹੁਣ ਫੈਸ਼ਨ ਸੈਂਟਰ ਬਣ ਗਏ ਬੜੇ ਬੜੇ ਲਗਜ਼ਰੀ ਲੈਵਲ ਹਮਾਮ ਸਾਨੂੰ ਪਤਾ ਚੱਲਿਆ ਸੀ ਕਿ ਤੁਸੀਂ ਯਾਨੀ ਕਿ ਬੜੀ ਦੇਰ ਤੋਂ ਨਾ ਇੱਕ ਸਿਰਫ ਏਦਾਂ ਅੱਜ ਮੈਂ ਤਾਂ ਹੀ ਪਰਸ ਪਾਇਆ ਹੋਇਆ ਕਿ ਤੁਹਾਡੀ ਇੱਕ ਯਾਦ ਦਹਾਨੀ ਵਾਸਤੇ ਕਿ ਤੁਸੀਂ ਏਦਾਂ ਪਰਸ ਪਾ ਕੇ ਨਾ ਬੜੀ ਬੜੀ ਦੂਰ ਤੱਕ, ਹੱਤਾ ਕਿ ਸਾਨੂੰ ਇਹ ਵੀ ਪਤਾ ਚੱਲਿਆ ਕਿ ਤੁਸੀਂ 3-4 ਕਿਲੋਮੀਟਰ ਇੱਥੋਂ ਸ਼ਹਿਰ ਪੈਦਲ ਹੀ ਜਾਂਦੇ ਪੈਦਲ ਹੀ ਜਾਂਦੇ ਵਜ੍ਹਾ ਕੀ ਹੁੰਦੀ ਹੈ? ਇਨਕੇ ਸਾਈਕਲ ਨਹੀਂ ਚਲਾਉਣੇ ਦਾ, ਮੋਟਰਸਾਈਕਲ ਨਹੀਂ ਲਿਆ ਜਾਂ ਹਿੰਮਤ ਨਹੀਂ ਹੈ? ਰਿਕਸ਼ੇ ਤੇ ਜਾਂਦੇ ਆ, ਰਿਕਸ਼ੇ ਚ ਤੇ ਨਾ ਕੋਈ ਮਸਾਲਾ ਕੋਈ ਮਿਲ ਗਿਆ ਤੇਰੇ ਕਾ ਫੇ ਬਹਿ ਜਾਈਦਾ। ਅੱਛਾ, ਮੇਨ ਗੱਲ ਇਹ ਕਿ ਰਿਕਸ਼ੇ ਦਾ ਕਿਰਾਇਆ ਨਹੀਂ ਹੁੰਦਾ ਹੈ ਜੀ। ਅੱਲਾ ਸਭਾ ਰਹਿਮਤ ਕਰੇ। ਤੇ ਚਾਚਾ ਜੀ ਕਿੰਨੇ 12 ਸਾਲ ਤੁਸੀਂ ਦੱਸਿਆ ਕਿ ਤੁਹਾਡਾ ਪਰਸ, ਇਹਦਾ ਮਤਲਬ ਤੁਹਾਡਾ ਪਰਸ ਤੁਹਾਡੇ ਬੱਚਿਆਂ ਤਰ੍ਹਾਂ ਹੀ ਆ ਨਾਲ ਹੈ ਜੀ ਜੀ। ਤੇ 12 ਸਾਲ ਪਰਸ ਦੇ ਹਾਲਾਤ ਨਹੀਂ ਬਦਲੇ ਹੈ? ਪਿੰਡਾਂ ਵਾਲਿਆਂ ਨੇ ਵੀ ਨਹੀਂ ਕਿਹਾ ਕਿ ਚਲੋ ਮਿਲ ਜੁਲ ਕੇ ਸਾਡੇ ਚਾਚਾ ਜੀ ਦਾ? ਸਭ ਤੋਂ ਪਹਿਲਾਂ ਜੇ ਭਾਈ ਇਹਨਾਂ ਨੂੰ ਬੜੇ ਤੋਹਫੇ ਦੀ ਖੁਸ਼ੀ ਸੁਣਾਓ ਜ਼ਰਾ ਜੀ। ਚਾਚਾ ਜੀ ਅਲਹਮਦੁਲਿਲਾ ਤੁਹਾਡੇ ਵਾਸਤੇ ਜਿਹੜੀਆਂ ਅੱਛੀ ਕੁਆਲਿਟੀ ਦੀਆਂ ਦੇਗਾ ਨਾ, ਇਹ ਸਾਡੀ ਇੱਕ ਮਾਂ ਜੀ ਆ, ਉਹਨਾਂ ਦੇ ਬੇਟੇ ਆ ਚੌਧਰੀ ਆਜ਼ਰ ਸਮਦ ਸਾਹਿਬ, ਆਜ਼ਰ ਸਮਦ ਬਾਬਰ ਸਾਹਿਬ, ਉਹ ਬਾਹਰ ਯੂਰਪ ਕੰਟਰੀ ਦੇ ਅੰਦਰ ਹੁੰਦੇ ਆ। ਉਹਨਾਂ ਨੇ ਸਾਡੀ ਡਿਊਟੀ ਲਗਾਈ ਹੈ ਕਿ ਤੁਸੀਂ ਆਪਣੇ ਇਲਾਕੇ ਅੰਦਰ ਜਿੰਨੇ ਵੀ ਮਾੜੇ ਲੋਕ ਆ ਨਾ, ਕੋਸ਼ਿਸ਼ ਕਰੋ ਕਿ ਉਹਨਾਂ ਦੇ ਘਰਾਂ 'ਚ ਨਾ ਇੱਦਾਂ ਕੋਈ ਕਾਰੋਬਾਰ ਸ਼ੁਰੂ ਕਰਵਾ ਕੇ ਦਿਓ, ਕੋਈ ਰਾਸ਼ਨ ਪਹੁੰਚਾਓ, ਕੋਈ ਮਦਦ ਕਰੋ। ਅਤੇ ਅਲਹਮਦੁਲਿਲਾ ਅੱਜ ਉਹਨਾਂ ਨੇ ਤੁਹਾਡੇ ਵਾਸਤੇ ਆ ਤੋਹਫੇ ਤੋਹਫੇ ਭੇਜੇ। ਬਾਬਰ ਸਾਹਿਬ ਜਿਹੜੇ ਬਹੁਤ ਹੀ ਅੱਛੇ ਤੇ ਆਲਾ ਇਨਸਾਨ ਆ, ਜਿਸ ਤਰ੍ਹਾਂ ਲੋਕਾਂ ਦੀ ਮਖਲੂਕ ਦੀ ਖਿਦਮਤ ਕਰਦੇ। ਦੇਖਣ ਦਾ ਮਕਸਦ ਕੀ ਸੀ ਜੇ ਭਾਈ, ਅੱਜ ਇਹ ਤਾਂ ਦੱਸੋ ਜ਼ਰਾ। ਦੇਖਣ ਦਾ ਇਹ ਮਕਸਦ ਸੀ ਕਿ ਚਾਚਾ ਜੀ ਜਿਹੜੇ ਜੋ ਇੰਨੀ ਇੰਨੀ ਦੂਰ ਇੱਕ ਕਿਰਾਇਆ ਨਾ ਹੋਣ ਦੀ ਵਜ੍ਹਾ ਤੋਂ ਕਿੰਨੀ ਕਿੰਨੀ ਦੂਰ ਆਪਣਾ ਪਰਸ ਪਾ ਕੇ ਸਫ਼ਰ ਜਾ ਰਹੀ ਹੈ ਸਾਰੀ ਕਰਦੇ। ਜਿਹੜੇ ਹੁੰਦੇ ਨੇ ਰਾਜਾ ਭਾਈ ਸਾਡੇ ਨਾਈ ਭਾਈ ਹੁੰਦੇ ਆ, ਇਹ ਬਾਲ ਵੀ ਕੱਢਦੇ ਨਾਲ ਪਿੰਡਾਂ 'ਚ ਫਿਰ ਦੇਗਾਂ ਪਕਾਉਂਦੇ ਹੁੰਦੇ ਪਕਾਉਂਦੇ। ਚਾਚਾ ਜੀ ਦੇਗ ਮੁਕੰਮਲ ਮਹਾਰਤ ਹੈਗੀ ਪਕਾਉਣ ਦੀ? ਇਹ ਤਾਂ ਬੜੇ ਆਲਾ ਜੇ ਭਾਈ, ਇਹਨਾਂ ਨੇ ਮਾਸ਼ਾਅੱਲਾ ਬੜੀ, ਮੇਰਾ ਖਿਆਲ ਥੋੜਾ ਇਸ ਪਿੰਡ 'ਚ 470 ਹੀ ਨਹੀਂ ਬਲਕਿ ਬੜੇ ਪਿੰਡਾਂ 'ਚ ਨਾ ਨਾਮ ਚੱਲਦਾ ਜੇ ਭਾਈ, ਬੜਾ ਅੱਛਾ ਮਾਸ਼ਾਅੱਲਾ ਹੈ। ਮੁਬੀਨ ਭਾਈ ਅਸਲ ਇਹਨਾਂ ਦਾ ਇਕੱਲਿਆਂ ਦਾ ਨਹੀਂ ਨਾਮ, ਇਹ ਨਾ ਹੁਣ ਤੁਹਾਨੂੰ ਥੋੜ੍ਹੀ ਹਿਸਟਰੀ ਦੱਸਦੇ ਹਾਂ ਚਾਚਾ ਜੀ, ਹਾਲਾਂਕਿ ਆ ਮੇਨ ਤੁਹਾਡਾ ਦਰਵਾਜ਼ਾ ਵਾ ਕਿ ਅੱਗੇ ਇੰਝ ਹੀ ਲੱਗਦਾ ਕਿ ਜਿਵੇਂ ਨਾ ਕੋਈ ਬਸਤੀ ਆ, ਤੇ ਹੁਣ ਸਾਨੂੰ ਥੋੜ੍ਹਾ ਜਿਹਾ ਨਾ ਇਹਦਾ ਤਾਰਫ ਕਰਵਾਓ ਕਿ ਇੰਨੀ ਬਸਤੀ 'ਚ ਕੀ ਆਪਣੀਆਂ ਕੋਈ ਇਕੱਠੀਆਂ ਫੈਮਿਲੀਆਂ ਰਹਿੰਦੀਆਂ ਜਾਂ ਕੀ ਹਿਸਾਬ ਆ, ਤੇ ਇਹਨਾਂ ਵਿੱਚੋਂ ਆਪਣਾ ਘਰ ਕਿਹੜਾ ਵਾ? ਜੀ ਆ ਹੁਣ ਨਾਮ ਥੋੜ੍ਹਾ ਥੋੜ੍ਹਾ ਦੇਖਦੇ ਜਾਈਏ ਜੀ, ਦੱਸਦੇ ਆ ਕਿ ਦੇਗਾ ਕਿਹੜੇ ਮਕਸਦ ਲਈ ਅੱਜ ਅਸੀਂ ਲੈ ਕੇ ਆਏ ਜੀ। ਆਹ ਦੇਖਿਓ ਜੀ, ਆਹ ਮੁਬੀਨ ਭਾਈ ਆਪਣੇ ਨਾ ਟੋਟਲ ਇੱਕ ਫੈਮਿਲੀ ਹੋ ਗਈ ਆ ਜਿਹੜੀ ਇੱਕ ਨੀਲੇ ਗੇਟ ਵਾਲੀ,
ਠੀਕ ਹੈ ਨਾ ਆ ਦੋ ਪਿੱਛੇ ਆ ਅੱਛਾ ਦੋ ਪਿੱਛੇ ਆ ਜੀ ਤੇ ਇੱਕ ਆ ਤੁਹਾਡਾ ਵਾ ਹੋ ਜੀ ਪੰਜ ਹੀ ਹੋਵੇ ਜੀ ਜੀ ਕਮਰੇ ਪੰਜ ਖਾਨ ਇਤਫਾਕ ਮਾਸ਼ਾਅੱਲਾ ਹੈਗਾ ਵਾ ਅਲਹਮਦੁਲਿਲਾ ਜੇ ਪਈ ਤੈਨੂੰ ਇੱਥੇ ਦੋ ਘਰ ਇਕੱਠੇ ਜਨ ਤਾਂ ਵੀ ਇਤਫਾਕ ਸਾਡਾ ਮਾਸ਼ਾਅੱਲਾ ਆਇਆ ਹੈ ਕਿਵੇਂ ਅੱਲਾ ਜੀ ਕੋਈ ਲੜਾਈ ਪਸਾਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਬੁੜੀਆਂ ਲੜਨ ਬੰਦੇ ਲੜਨ ਜ਼ਬਰਦਸਤ ਬਾਕੀ ਹਾਂਡੀ ਰੋਟੀ ਇਕੱਠੀ ਆ ਜਾਂ ਲੜਾ ਲੜਾ ਉਹ ਲੜਾ ਲੜਾ ਜੇ ਪਈ ਮਾੜਾ ਜੇ ਚਾਚਾ ਜੀ ਉਹਨਾਂ ਦਾ ਘਰ ਦੇਖ ਲਈਏ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੇਗਾਂ ਦਾ ਮਕਸਦ ਕੀ ਸੀ ਤੇ ਪਰਸ ਦੇ ਅੰਦਰ ਕਿਹੜੀਆਂ ਚੀਜ਼ਾਂ ਵਾ ਇਹਨਾਂ ਨੂੰ ਸਰਪ੍ਰਾਈਜ਼ ਦੇਣਾ ਆਪਾਂ ਉਸ ਤੋਂ ਪਹਿਲਾਂ ਛੋਟਾ ਜਿਹਾ ਸੀ ਚਾਚਾ ਜੀ ਦਾ ਘਰ ਦੇ छोटी जी चाचा की बरांडा या किचन कह लो जी 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 छोटी जी बिलकुल टोटल किन्ने कमरे अगे किन्ने कमरे एक ही कमरा जी थोड़ा आ जाओ अपने इन्नी जगह अपनी जिहड़ी टोटल जगह एक कमरा ते एक अगे किचन आ जाओ हुण थोड़ा जिहा बाहर अल्लाह ताला ने जमीन ते आसमान नूं बनाया अल्लाह ताला ओ जात है जिन्हें समुंदरां दे पानी नूं खड़ा कीता है सुभान अल्लाह जे तुसीं समुंदर नूं देखदे साडी इक दफा जिहड़ा दिमाग हैरान हो जांदा है कि कुदरत किड्डी वड्डी अल्लाह दी जात ओ है जिन्हें आसमानां नूं बगैर सतूना तों खड़ा कीता होया सुभान अल्लाह फिर चाचा जी जिंदगी च अपने रब ते जिहड़ा यकीन है बहुत पक्का रखना पक्का यकीन है ना जी जी अपने रब ते जिहड़ा वा साडा पक्का यकीन होने चाहिए कि वह रब सानू जिहड़ा वा गरीबी तो अमीरी के अंदर बदलन च देर नहीं ला सकदा है ना जी ਤੇ ਚਾਚਾ ਜੀ ਆਹ ਜਿਹੜੀਆਂ ਦੇਗਾਂ ਵਾ ਇਸ ਕਰਕੇ ਤੁਹਾਡੇ ਵਾਸਤੇ ਲਿਆਂਦੀਆਂ ਸੀ ਬਲਕਿ ਤੁਸੀਂ ਸਾਨੂੰ ਦੱਸਿਆ ਸੀ ਸਾਡੇ ਦੇ ਆਦਤ ਸੀ ਕਿ ਅਸੀਂ ਅੰਨੇ ਵਾਹ ਨਹੀਂ ਕਾਰੋਬਾਰ ਲੈ ਜਾਂਦੇ ਕਿ ਅੱਜ ਕਿਹਾ ਤੇ ਉਹਦੇ ਲੈ ਗਏ ਹੁਣ ਚਾਚਾ ਜੀ ਨੂੰ ਆਪਾਂ ਕਰਿਆਨੇ ਦੀ ਪਾਕ ਦੇ ਦਈਏ ਉਹਨਾਂ ਦਾ ਤਜਰਬਾ ਹੀ ਨਾ ਹੋ ਸਾਡੇ ਦੇਣੀ ਵੀ ਅਗਲੇ ਖਰਾਬ ਹੋਈ ਹੋਵੇ ਜੀ ਜੀ ਸਬਜ਼ੀ ਪਾ ਦਈਏ ਉਹ ਸਾਰੀ ਸਬਜ਼ੀ ਸਿੱਟੀ ਹੋਵੇ ਚਾਚੀ ਆਹ ਦੇਗਾਂ ਲਿਆਉਣ ਦਾ ਮਕਸਦ ਪਤਾ ਕੀ ਹੈ ਸਭ ਤੋਂ ਪਹਿਲਾਂ ਮਕਸਦ ਇਹ ਕਿ ਤੁਸੀਂ ਇਹਨਾਂ ਦੀ ਹਿਫਾਜ਼ਤ ਕਰਨੀ ਕਿਉਂਕਿ ਜਿਹਨੇ ਦਿੱਤੀਆਂ ਨਾ ਸਾਫ ਜ਼ਿਆਦਾ ਕਿ 20-20 ਹਜ਼ਾਰ ਦੇ ਕਰੀਬ ਜਾ ਕੇ ਦੇਖ ਮੇਰੇ ਲਈ ਇਹ ਨਾ ਕਿਰਾਇਆ ਮੇਨ ਮਕਸਦ ਸੀ ਕਿ ਇਹਨਾਂ ਦਾ ਕਿਰਾਇਆ ਚੱਲੂਗਾ ਜੀ ਯਾਨੀ ਕਿ ਕਿੰਨਾ ਕਿਰਾਇਆ ਲੈਂਦੇ ਆ ਇਸਨੇ ਕਹਾ ਜੀ ਆਪਣੇ ਇੱਥੇ ਤਾਂ 200-150 ਰੁਪਏ ਲੈਂਦੇ ਆ 150-200 ਦੀ ਐਵਰੇਜ ਚਾਚਾ ਜੀ ਦੇਖੋ ਨਾ ਇੱਕ ਮਿਸਾਲ ਦਾ ਜਦੋਂ ਪਿੰਡ ਜੀ ਪਤਾ ਲੱਗ ਜਾਂਦਾ ਨਾ ਕਿ ਫਲਾਂ ਘਰ ਚੀਜ਼ ਮੌਜੂਦ ਆ ਤੇ ਫਿਰ ਦੇਖੋ ਦੇਖੀ ਮਸ਼ਹੂਰੀ ਹੋ ਜਾਂਦੀ ਹੈ ਹੁਣ ਕਰ ਲਓ 200 ਵੀ ਵੇਜ਼ੇ ਭਾਈ ਦੋ ਦੇਗਾਂ ਦਾ ਕਿੰਨਾ ਹੋ ਗਿਆ 400 ਰੁਪਏ 400 ਤਾਂ ਤੁਹਾਨੂੰ ਮਿਲ ਜਾਊਗਾ ਅੱਲਾ ਦੇ ਕਮਨਾ ਦੇਗਾਂ ਦਾ ਕਿਰਾਇਆ ਫਿਰ ਪਕਵਾਈ ਕਿੰਨੀ ਲੈਂਦੇ ਹੁੰਦੇ ਆ ਕੋਈ 400 ਦੇ ਦਾ 300 ਇੱਕ ਦੇਖਦੇ ਹੈ ਨਾ ਚਲੋ ਮੰਨ ਲਓ 300 ਲਾ ਲਓ ਕੋਈ 350 ਲਾ ਲਓ ਜੇ ਦੋ ਦੇਗਾ ਕੋਈ ਪਕਵਾਉਗਾ ਤਾਂ ਮਤਲਬ 700 ਰੁਪਏ ਤਾਂ ਦਊਗਾ ਹੀ ਨਾ 700 ਉਹ ਬਣੂਗਾ ਅੱਲਾ ਦੇ ਫਿਰ ਜੇ ਭਾਈ ਉਹ ਬੰਦਾ ਨਾਲ ਵੀ ਪਕਵਾਉਗਾ ਜਿਹੜਾ ਦੇਗਾਂ ਲੈ ਕੇ ਜਾਊਗਾ ਜਦੋਂ ਦੇਗਾਂ ਨਾ ਹੋਵੇ ਦੇਖੋ ਨਾ ਅਸੀਂ ਕਿਸੇ ਮਿਸਤਰੀ ਨੂੰ ਲੈ ਕੇ ਆਣਾ ਉਹਦੇ ਕੋਲ ਕਾਂਡੀ ਤੇ ਅਸੀਂ ਨਹੀਂ ਅਸੀਂ ਉਹਨੂੰ ਕੀ ਕਰਾਂਗੇ ਅਸੀਂ ਕਹਾਂਗੇ ਜਾ ਅਸੀਂ ਉਹਨੂੰ ਲੈ ਕੇ ਆਵਾਂਗੇ ਜਿਹਦੇ ਕੋਲ ਕਾਂਡੀ ਤੇ ਅਸੀਂ ਚੀਜ਼ਾਂ ਹੋਣਗੀਆਂ ਮੌਜੂਦ ਹੋਣ ਉਹ ਫਿਰ ਦੇਖੋਗੇ ਭਾਈ ਪਿੰਡ ਵਾਲੇ ਜਾਂ ਇਰਦ ਗਿਰਦ ਵੀ ਤੁਸੀਂ ਜਾਂਦੇ ਆ ਤੁਸੀਂ ਬੜੇ ਪਿੰਡਾਂ ਜਾਂਦੇ ਸਾਰਾ ਸਾਨੂੰ ਪਤਾ ਤੇ ਉਹ ਫਿਰ ਨਾਲ ਦੇਗਾਂ ਤੇ ਆਹ ਅੱਲਾ ਦੇ ਹੁਕਮ ਨਾਲ ਜ਼ਿੰਦਗੀ ਰਹੀ ਤੁਹਾਡੀ 1100-1200 ਰੁਪਇਆ
ਦਿਹਾੜੀ ਬਣ ਜਾ ਕਰੋਗੇ ਜੀ। ਫਿਰ ਜੇ ਭਈ ਦੇਗਾਂ ਪਕਾਉਂਦੇ ਇਹਨਾਂ ਨੂੰ ਇਹ ਸਭ ਤੋਂ ਬੜਾ ਫਾਇਦਾ ਹੁੰਦਾ ਕਿ ਨਾਲ ਉਹ ਫਿਰ ਸਮਾਨ ਵੀ ਥੋੜਾ ਜਿਹਾ ਦੇ ਦਿੰਦੇ ਆ। ਜਿਹੜਾ ਨਾ ਮਸਾਲੇ ਹੁਣ ਦੇਗਾਂ ਆਪਾਂ ਲੈਣੀਆਂ ਨਾ ਜੀ ਜੀ, ਇਹ ਮੈਂ ਚੱਕ ਕੇ ਲਿਜਾਣੀਆਂ, ਮੈਂ ਪਕਾਉਣੀ, ਮੈਂ ਹੀ ਕਿਰਾਇਆ ਲੈਣਾ ਜੀ। ਸਹੀ ਜੀ ਜੀ, ਬਿਲਕੁਲ ਸਹੀ ਬਾਤ। ਹਾਂਜੀ ਹਾਂਜੀ, ਇਹਦੇ ਕਿਰਾਏ ਦੇ ਵੀ ਪੈਸੇ ਆ ਜਾਓਗੇ, ਪਕਵਾਈ ਦੇ ਵੀ ਆ ਜਾਓਗੇ ਜੀ ਜੀ ਜੀ। ਤੇ ਫਿਰ ਦੇਗਾਂ ਚਾਚਾ ਜੀ ਇੱਕ ਵਾਰੀ ਚੰਗੀ ਤਰ੍ਹਾਂ ਦੇਖੋ ਕਿ ਦੇਗਾਂ ਇਹ ਕਿੰਨੇ ਕਿਲੋ। ਅੱਛਾ ਜੀ, ਇਹ ਨਵੀਂ ਦੇਗ ਹੈ ਜਾਂ ਪੁਰਾਣੀ? ਇਮਾਨਦਾਰੀ ਨਾਲ ਨਵੀਂ ਹੈ। ਥੋੜਾ ਜਿਹਾ ਜੀਣਾ ਮੈਨੂੰ ਯਾਰ। ਪਤਾ ਕੀ ਚਾਚਾ ਜੀ, ਜਿਹਨੂੰ ਵੀ ਅਲਹਮਦੁਲਿਲਾ ਅਸੀਂ ਚੀਜ਼ ਦੇਈਦੀ ਆ ਨਾ, ਹਾਲਾਂਕਿ ਪੁਰਾਣੀ ਵੀ ਲੱਭਦੀ ਸੀ 5-7 ਹਜ਼ਾਰ ਸਸਤੀ ਲੱਭਦੀ ਸੀ ਮਾਰਕੀਟ 'ਚ। ਉਹਨਾਂ ਨੇ ਸਾਨੂੰ ਦੇਗ ਦਿਖਾਈ 10 ਕਿਲੋ ਵਾਲੀ ਕਿ ਉਹਦੇ 'ਚ 10 ਕਿਲੋ ਪੱਕ ਸਕਦਾ। ਅਸੀਂ ਸੋਚਿਆ ਕਿ ਪਿੰਡਾਂ 'ਚ 10 ਕਿਲੋ ਵਾਲਾ ਰਿਵਾਜ ਨਹੀਂ ਹੁੰਦਾ, ਜਾਂ ਸ਼ਾਦੀਆਂ 'ਤੇ ਦੇਗ ਹਮੇਸ਼ਾ 12 ਕਿਲੋ ਦੀ ਪਕਾਈ ਜਾਂਦੀ ਹੈ ਜੀ। ਇਹ ਫਿਰ ਦੇਗ ਅਸੀਂ ਲਈ 14 ਕਿਲੋ ਵਾਲੀ, ਮਤਲਬ ਇਹਦੇ 'ਚ 14 ਕਿਲੋ ਸਮਾਨ ਪੱਕ ਸਕਦਾ ਜੇ ਭਾਈ ਫੁੱਲ ਬੜੀ, ਯਾਨੀ ਕਿ ਇਸ ਤੋਂ ਉੱਤੇ ਨਹੀਂ ਕੋਈ ਸਾਇਜ਼ ਹੁੰਦਾ ਛੋਟਾ ਸੀ ਜੀ, ਯਾਨੀ ਕਿ ਆਸਾਨੀ ਨਾਲ ਪਹਿਚਾਨ ਫਿਰ ਆਹ ਕੋਲਾ ਦੇਖ ਲੋ ਆਪਣਾ, ਹੈ ਕੋਲਾ ਜਿਹੜਾ ਵਾ, ਅੱਲਾ ਨੇ ਕੋਲਾ ਵੀ ਹੋਰ ਭੇਜਤਾ। ਫਿਰ ਇਸ ਤੋਂ ਇਲਾਵਾ ਆ ਕੀ ਹੋ ਗਿਆ, ਬਰਸ਼ ਹੋ ਗਿਆ ਚਾਚਾ ਜੀ, ਕੈਂਚੀ ਜੀ, ਅੱਲਾ ਨੇ ਕੈਂਚੀ ਭੇਜਤੀ ਹੈ। ਦੇਖੋ ਅੱਲਾ ਪਾਕ ਦੀ ਸ਼ਾਨ ਆ ਕਿ ਅੱਲਾ ਸੋਹਣੇ ਨੇ ਸਮਾਨ ਵੀ ਫਿਰ ਪੂਰਾ ਹੀ ਭੇਜਿਆ, ਅਲਹਮਦੁਲਿਲਾ ਅਲਹਮਦੁਲਿਲਾ। ਆ ਕੀ ਜੀ, ਆਹਾਂ ਸੇਫਟੀ, ਦੂਸਰਾ ਆਹਾਂ ਉਸ ਤਰ੍ਹਾਂ ਬਲੇਡ ਸ਼ੇਵਿੰਗ ਕਰੀਮ ਹੋ ਗਈ, ਸਾਰਾ ਕੁਛ ਅਲਹਮਦੁਲਿਲਾ ਜਿਹੜਾ ਉਹਦਾ ਸਮਾਨ ਅੱਲਾ ਸੋਹਣੇ ਨੇ ਭੇਜਤਾ। ਸਭ ਤੋਂ ਬੜੀ ਸੀ ਪਰਸ ਦੀ, ਆਹ ਪਰਸ ਵੈਸੇ ਦੇਖੋ ਤਾਂ ਸਹੀ ਆ ਤੁਹਾਡੇ ਵਾਸਤੇ, ਪਾ ਕੇ ਦੇਖੋ ਤਾਂ ਇਹਨੂੰ ਆਹਾਂ ਛੋਟਾ ਬੜਾ ਵੀ ਕਰ ਸਕਦੇ ਹਾਂ ਜੀ ਜੀ, ਕਿਉਂਕਿ ਉਹ ਜਿਹੜਾ ਪਰਸ ਨਾ ਬਹੁਤ ਹੀ ਉਹਦੀ ਹਾਲਤ ਵਿਚਾਰੇ ਦੀ ਖਰਾਬ ਹੋਈ, ਕਿਉਂਕਿ ਜਿੰਨੀ ਤੁਸੀਂ ਸਫਾਈ ਸੁਥਰਾਈ ਰੱਖੋਗੇ ਨਾ ਉਨਾ ਗਾਹਕ ਤੁਹਾਡਾ ਜ਼ਿਆਦਾ ਵਧੂਗਾ, ਉਨਾ ਹੀ ਖੁਸ਼ ਹੋਊਗਾ ਇਨਸ਼ਾਅੱਲਾ ਜੀ ਜੀ। ਚਾਚਾ ਜੀ ਆਪਣੇ ਭਰਾ ਕਿੰਨੇ ਤੁਸੀਂ? ਅਜੇ 3 ਮੰਨ ਚਲੋ, 3 ਭਰਾ, ਦੂਸਰੇ ਵੀ ਰਾਜਾ ਜੀ ਹਾਂ? ਸਹੀ, ਇਹਨਾਂ ਦੇ ਦੂਸਰੇ ਭਾਈ ਵੀ ਜਿਹੜੇ ਚਾਚਾ ਜੀ, ਉਹ ਆਪਣੇ ਨਾ ਉਦੋਂ ਪਕਾ ਕੇ ਨਾ ਆਪਣੇ ਰੋਟੀ ਜੀ 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 ਜੀ। ਲੇਕਿਨ ਚਾਚਾ ਜੀ ਉਹਨਾਂ ਦਾ ਜਿਹੜਾ ਜੇ ਭਾਈ ਖਾਣਾ ਵਾਣਾ ਕਿਆ ਲਾਜਵਾਬ ਪਕਾਉਂਦੇ ਆ ਮਾਸ਼ਾਅੱਲਾ, ਬੜੀ ਅੱਲਾਹ ਤਾਲਾ ਨੇ ਇਹਨਾਂ ਦੇ ਹੱਥ ਰਿਹਾ ਕਿਹਾ ਪੱਕਾ ਸੀ। ਹਾਂਜੀ ਮਾਸ਼ਾਅੱਲਾ। ਅੱਛਾ ਜੀ ਚਾਚਾ ਜੀ, ਅਲਹਮਦੁਲਿਲਾ ਤੁਹਾਨੂੰ ਪਤਾ ਕਿ ਰਮਜ਼ਾਨੁਲ ਮੁਬਾਰਕ ਅੱਗੇ ਆ ਰਿਹਾ, ਠੀਕ ਹੈ ਨਾ? ਰਮਜ਼ਾਨੁਲ ਮੁਬਾਰਕ 'ਚ ਅਲਹਮਦੁਲਿਲਾ ਅਸੀਂ ਪਿਛਲੇ ਸਾਲ ਵੀ ਸਾਰੀਆਂ ਤਕਸੀਮ ਕੀਤੀਆਂ, ਔਰ ਇਨਸ਼ਾਅੱਲਾ ਇਸ ਸਾਲ ਵੀ ਭਰਪੂਰ ਤਰੀਕੇ ਨਾਲ ਤਕਸੀਮ ਕਰਨੀ ਹੈ। ਤੇ ਇਹ ਸਾਰੀ ਦਾ ਬੜੀ ਅੱਛੀ ਤਰ੍ਹਾਂ ਜਾਣਦੇ ਕਿ ਸਾਰੀਆਂ ਅਲਹਮਦੁਲਿਲਾ ਤਕਸੀਮ ਕਿੱਦਾਂ? ਪਿਛਲੇ ਸਾਲ ਇਹ ਸੀ ਕਿ ਆਪਾਂ ਹਰ ਚੀਜ਼ ਬਾਹਰੋਂ ਕਰਦੇ ਸੀ, ਐਤਕੀ ਇਨਸ਼ਾਅੱਲਾ ਬਾ ਫਜ਼ਲੇ ਖੁਦਾ ਤੁਹਾਡੇ ਘਰ ਅਸੀਂ ਪੂਰਾ ਯਾਨੀ ਕਿ ਸਮਾਨ ਪਹੁੰਚਾ ਦਿਆ ਕਰਨਾ, ਜਾਂ ਆਪਾਂ ਉੱਥੇ ਸੈਟਿੰਗ ਕਰ ਲਵਾਂਗੇ ਆਪਣੇ ਸ਼ਹਿਰ, ਤੇ ਉੱਥੋਂ ਅੱਲਾ ਦੇ ਕਹਿੰਦਾ ਦੇਗ ਅਗਰ ਫਾਰ ਐਗਜ਼ਾਮਪਲ ਤੁਹਾਡੇ ਕੋਲ ਲਈ ਤਾਂ ਇਨਸ਼ਾਅੱਲਾ ਤੁਹਾਨੂੰ ਇਹਦਾ 150 ਜਾਂ 200 ਜਿੰਨਾ ਵੀ ਕਿਰਾਇਆ ਚੱਲਦਾ ਉਹ ਤੁਹਾਨੂੰ ਦੇਵਾਂਗੇ ਬਕਾਇਦਾ। ਤੇ ਇਨਸ਼ਾਅੱਲਾ ਇਹ ਥੋੜੀ ਮਿਹਨਤ ਹੈ, ਕਿਉਂਕਿ ਇਹ ਤੁਸੀਂ ਮਾਲਕ ਆ, ਮਾਲਕ ਸਾਡੇ ਕੋਲ ਅਮਾਨਤ ਆਈ ਹੋਈ ਸੀ ਜੀ ਜੀ, ਅਸੀਂ ਉਸ ਅਮਾਨਤ ਨੂੰ ਬਸ ਤੁਹਾਡੇ ਤੱਕ ਪਹੁੰਚਾ ਦਿੱਤਾ ਜੀ, ਸਿਰਫ ਸਾਡਾ ਕੰਮ ਸੀ ਪਹੁੰਚਾਉਣਾ। ਅੱਲਾਹ ਪਾਕ ਦਾ ਕਰੋੜਾ ਸ਼ੁਕਰ ਹੈ ਕਿ ਅਮਾਨਤ ਪਹੁੰਚ ਗਈ। 1 ਵਜੇ ਅੱਲਾਹ ਦੇ ਕਹਿੰਦਾ ਆਪਾਂ ਸੈਰੀ ਦਾ ਕੰਮ ਸ਼ੁਰੂ ਕਰਿਆ ਕਰਨਾ ਇਨਸ਼ਾਅੱਲਾ, ਔਰ ਆਪਾਂ 4 ਵਜੇ ਤੱਕ ਇਨਸ਼ਾਅੱਲਾ ਸੈਰੀਆਂ ਤਕਸੀਮ ਕਰਨੀਆਂ, ਪਤਾ ਹੀ ਆ ਜੀ, ਬਿਲਕੁਲ। ਫਿਰ ਦੇ ਵੀ ਚਾਚਾ ਜੀ ਇਹਨਾਂ ਦੀ ਇੱਕ ਬੜੀ ਅੱਛੀ ਖੂਬੀ ਹੈ ਕਿ ਚਾਚਾ ਜੀ ਨਾ ਜਿੱਦਾਂ ਸਾਦਾ ਲੋਹ ਇਨਸਾਨ ਹੈ ਨਾ, ਅੱਛੇ ਇਨਸਾਨ ਹੈ, ਇਹਨਾਂ ਦੇ ਵਾਲ ਕੱਟਦੇ, ਸ਼ਹਿਰਾਂ 'ਚ ਵੀ ਕੱਟਦੇ ਆ, ਪਿੰਡਾਂ 'ਚ ਵੀ ਕੱਟਦੇ, ਕੋਈ 10 ਰੁਪਏ ਦੇ ਦੇਵੇ ਇਹਨਾਂ ਨੂੰ 10 ਰੁਪਏ ਰੱਖ ਲੈਣੇ, ਕੋਈ 20 ਰੁਪਏ ਦੇ ਦੇਵੇ 20 ਰੁਪਏ ਰੱਖ ਲੈਣੇ, ਕੋਈ ਨਾ ਦੇਵੇ ਤੇ ਇਹਨਾਂ ਨੇ ਅੱਜ ਤੱਕ ਨਹੀਂ ਕਿਹਾ ਕਿ ਮੈਨੂੰ ਪੈਸੇ ਦਿਓ, ਦੇ ਦਿਓ। ਬੜੇ ਮਸ਼ਹੂਰ ਹੋ ਮਰੂਫ ਆ ਚਾਚਾ ਕਾਲੋ ਜੀ, ਲਾਜਵਾਬ ਇਨਸਾਨ ਹੈ ਮਾਸ਼ਾਅੱਲਾ, ਅੱਲਾਹ ਤਾਲਾ ਇਦਾਂ ਹੀ ਇਹਨਾਂ ਨੂੰ ਇਸਤਿਕਾਮ ਦੇ। ਚਾਚਾ ਜੀ ਆਖਿਰ ਤੇ ਹੁੰਦਾ ਇਹ ਪੈਗਾਮ ਆ ਕਿ ਸਾਫ ਜ਼ਾਰਾ ਕਿਸੇ ਨੇ ਅਮਾਨਤ ਭੇਜੀ ਆ, ਬੜੇ ਪੈਸੇ ਲੱਗਦੇ। ਇਹ ਸਾਡੀ ਇੱਕ ਮਾਂ ਜੀ ਆ, ਉਹਨਾਂ ਦੇ ਬੇਟੇ ਆ ਆਜ਼ਰ ਸਮਦ ਬਾਬਰ ਸਾਹਿਬ, ਜਿਹੜੇ ਕਿ ਯੂਰਪ ਕੰਟਰੀ ਅੰਦਰ ਹੁੰਦੇ, ਅਲਹਮਦੁਲਿਲਾ ਨਹੀਂ ਬਾਹਰ ਹੁੰਦੇ ਆ ਉਹ, ਉਹਨਾਂ ਨੇ ਅਲਹਮਦੁਲਿਲਾ 2 ਦੇਗਾਂ ਤੁਹਾਡੇ ਵਾਸਤੇ ਮੁਕੰਮਲ ਸਮਾਨ, ਔਰ ਫਿਰ ਇੱਕ ਨਾਲ ਰਾਸ਼ਨ ਦਾ ਵੀ ਡੱਬਾ ਆ। ਚਾਚਾ ਜੀ ਦੇ ਹੈਗੇ ਸਾਹਿਬਜ਼ਾਦੇ, ਸਾਹਿਬਜ਼ਾਦੇ ਚਾਚਾ ਜੀ ਆਪਣੇ ਸੱਚੇ ਕਿੰਨੇ ਬੱਚੇ? ਜੀ ਆ ਇੱਕ ਬੇਟਾ, ਇਹ ਬੜਾ ਵਾ ਹਨਾ, ਸਹੀ ਜੀ ਜੀ। ਇਹ ਬੇਟਾ ਪੜ੍ਹਦਾ ਜਾਂ ਨਹੀਂ ਪੜ੍ਹਦਾ?
ਅੱਛਾ ਜੀ ਇਹਨੂੰ ਪੜਾਓ ਲਾ ਕੰਮ ਹੀ ਸਿਖਾਉਣਾ ਪਤਾ ਕੀ ਕੰਮ ਅਸੀਂ ਰਸਮਾਂ ਰਵਾਜਾਂ ਜਿਹੜੇ ਓਲਡ ਟ੍ਰੈਡੀਸ਼ਨਸ ਆ ਜੀ ਭਾਈ ਉਹ ਚੀਜ਼ਾਂ ਖਤਮ ਕਰੀ ਗਿਆ ਹੀ ਨਹੀਂ ਹੈਗਾ ਮੁੰਡਾ ਆਪ ਪੜਦਾ ਰਿਹਾ ਵੈਸੇ ਹੈ ਬਿਲਕੁਲ ਠੀਕ ਹੈ ਜਾਂ ਥੋੜੇ ਇਹ ਜ਼ਿਹਨੀ ਤਵਾਜ਼ਨ ਤੋਂ ਨਹੀਂ ਹੋਰ ਠੀਕ ਹੈ ਤਾਂ ਠੀਕ ਹੈ ਲੱਜੇ ਜੀ ਜੀ ਥੋੜੇ ਸ਼ਰੀਰ ਸਾਦਾ ਜਿਹਾ ਬਚਾ ਸਾਦਾ ਜੇ ਬੰਦੇ ਆ ਜੀ ਸਾਦਾ ਜੀ ਅੱਛਾ ਆ ਜਿਹੜੇ ਜਿਨ੍ਹਾਂ ਨੇ ਜੇਗਾ ਭੇਜੀਆਂ ਉਹਨਾਂ ਨੇ ਸਭ ਕੁਝ ਆਪੇ ਜਿਆ ਹੋਇਆ ਅਸੀਂ ਦੇਖਿਆ ਸੀ ਕਿ ਸਾਡਾ ਚਾਚਾ ਜੀ ਦਾ ਸ਼ਹਿਰ ਦਾ ਸੂਟ ਬੜਾ ਮਾੜਾ ਪਾਇਆ ਸੀ ਅੱਲਾਹ ਪਾਕ ਨੇ ਤੁਹਾਡੇ ਵਾਸਤੇ ਨਵਾਂ ਸੂਟ ਭੇਜਿਆ ਠੀਕ ਹੈ ਜੀ ਦੇਖ ਲਓ ਨਵਾਂ ਜਾਂ ਪੁਰਾਣਾ ਤਾਂ ਕਿਤੇ ਖਰੀਦ ਕੇ ਲੈ ਨਹੀਂ ਨਹੀਂ ਫੁੱਲ ਨਵਾਂ ਹੀ ਇਹ ਸਲਵਾਨ ਅਲਾਵਾ ਠੀਕ ਹੈ ਆ ਸਾਡੀ ਜਿਹੜੀ ਮਾਂ ਜੀ ਆ ਤੁਹਾਡੀ ਬੀਬੀ ਜੀ ਆ ਉਹਨਾਂ ਵਾਸਤੇ ਆ ਠੀਕ ਹੈ ਜੀ ਤੇ ਆ ਰਾਸ਼ਨ ਦਾ ਅੱਲਾਹ ਪਾਕ ਨੇ ਭਰ ਕੇ ਡੱਬਾ ਭੇਜਿਆ ਅਲਹਮਦੁਲਿਲਾ ਯਾਨੀ ਕਿ ਇਹਦੇ ਪੂਰੇ ਮਹੀਨੇ ਦਾ ਹੁੰਦਾ ਕਿ ਚੀਨੀ ਦਾਲਾਂ ਸਬਜ਼ੀਆਂ ਹਰ ਚੀਜ਼ ਮੌਜੂਦ ਹੈ ਅਲਹਮਦੁਲਿਲਾ ਬਸ ਤੁਸੀਂ ਹੁਣ ਦੁਆ ਇਹ ਕਰਨੀ ਆ ਕਿ ਜਿਨ੍ਹਾਂ ਨੇ ਭੇਜਿਆ ਅੱਲਾਹ ਤਾਲਾ ਉਹਨਾਂ ਨੂੰ ਇਸ ਤੋਂ ਜ਼ਿਆਦਾ ਨਵਾਜ਼ੇ ਅੱਲਾਹ ਤਾਲਾ ਉਹਨਾਂ ਦੀ ਆਖਰਤ ਸੰਵਾਰ ਦੇਵੇ ਅੱਲਾਹ ਤਾਲਾ ਉਹਨਾਂ ਤੇ ਦੁਨੀਆ ਜਹਾਨ ਦੀਆਂ ਖੁਸ਼ੀਆਂ ਦੀਆਂ ਰਹਿਮਤਾਂ ਬਰਸਾ ਜੀ ਵਸਲਾਮ ਬਹੁਤ ਬਹੁਤ ਸ਼ੁਕਰੀਆ ਚਾਚਾ ਜੀ ਅੱਲਾਹ ਹਾਫਿਜ਼ ਹੋਰ ਖਾਣਾ ਨਹੀਂ ਖਾਣਾ ਨਹੀਂ ਜਜ਼ਾਕ